ਅੱਜ ਜਲਾਲਾਬਾਦ ਸ਼ਹਿਰ ਵਿੱਚ ਦੜੂਏ ਦਾ ਆਟਾ ਖਾਣ ਨਾਲ ਕਾਫੀ ਲੋਕ ਬਿਮਾਰ ਹੋਏ ਨੇ, ਉਹਦੇ ਸੰਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਲਾਈ ਗਈ ਹੈ। SDM ਜਲਾਲਾਬਾਦ ਸਰਦਾਰ ਬਰਕਰਨ ਸਿੰਘ, ਉਹਨਾਂ ਨੇ ਕਮੇਟੀ ਬਣਾ ਕੇ ਇਹ ਚੈਕਿੰਗ ਕਰਾਈ। ਸਹਾਇਕ ਫੂਡ ਸਪਲਾਈ ਅਫਸਰ ਸੀਗੇ ਜਲਾਲਾਬਾਦ ਦੇ, ਉਹਨਾਂ ਵੱਲੋਂ ਦੁਕਾਨਾਂ 'ਤੇ ਮਨਿਆਦੀ ਕਰਾਈ ਗਈ ਵੀ ਇਹ ਆਟਾ ਨਾ ਵਰਤਿਆ ਜਾਵੇ, ਅਤੇ ਹੈਲਥ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਦਰੂਏ ਦਾ ਆਟਾ ਸੀਗਾ ਜਿਹੜੇ ਜਿਹੜੇ ਦੁਕਾਨਾਂ 'ਤੇ ਵਿਕ ਰਿਹਾ ਸੀਗਾ, ਕੋਈ ਪਕੌੜੇ ਵਗੈਰਾ ਵਿਕ ਰਹੇ ਸੀ, ਉਹਨਾਂ ਸਾਰਿਆਂ ਦੇ ਸੈਂਪਲ ਭਰੇ ਗਏ। ਅਤੇ SMO ਜਲਾਲਾਬਾਦ ਨੇ ਇਹ ਰਿਪੋਰਟ ਦਿੱਤੀ ਵੀ 23 ਮਰੀਜ਼ ਆਏ ਸੀਗੇ ਅਤੇ ਪੀੜਿਤ ਇਸ ਆਟੇ ਤੋਂ, ਅਤੇ ਉਹਨਾਂ 'ਚੋਂ 18 ਠੀਕ ਹੋ ਗਏ ਨੇ ਅਤੇ 5 ਹਜ਼ਾਰ ਅੰਡਰ ਟ੍ਰੀਟਮੈਂਟ ਨੇ। ਅਤੇ ਇਸੇ ਤਰ੍ਹਾਂ SDM ਸਾਹਿਬ ਨੇ ਤਹਿਸੀਲਦਾਰ ਨੂੰ ਭੇਜ ਕੇ ਜਿਹੜੇ ਪ੍ਰਾਈਵੇਟ ਹੋਸਪਿਟਲ ਨੇ ਉੱਥੋਂ ਵੀ ਚੈਕਿੰਗ ਕਰਾਈ ਗਈ, ਜਿਵੇਂ ਡਾਕਟਰ ਟੱਕਰ ਦਾ ਹਸਪਤਾਲ ਹੈ, ਡਾਕਟਰ ਮਿੰਡਾ ਦਾ ਹਸਪਤਾਲ ਹੈ ਅਤੇ ਡਾਕਟਰ ਚੁੱਗ ਦਾ। ਇਹਨਾਂ ਤਿੰਨਾਂ ਪ੍ਰਾਈਵੇਟ ਹੋਸਪਿਟਲ 'ਚ ਤਕਰੀਬਨ 35 ਮਰੀਜ਼ ਦਾਖਲ ਹੋਏ ਸੀ ਅਤੇ 18 ਠੀਕ ਹੋ ਗਏ ਚਲੇ ਗਏ, 17 ਹਜੇ ਅੰਡਰ ਟ੍ਰੀਟਮੈਂਟ ਨੇ ਜਿਹੜੇ ਖਤਰੇ ਤੋਂ ਬਾਹਰ ਨੇ ਜੀ। ਅਤੇ ਇਹ ਰਿਪੋਰਟ ਬਣਾ ਕੇ SDM ਸਾਹਿਬ ਨੇ ਇੱਧਰ ਇਨਵੈਸਟੀਗੇਸ਼ਨ ਲਈ ਮੈਨੂੰ ਭੇਜੀ ਹੈ ਅਤੇ ਅਸੀਂ ਇਹਦੇ ਉੱਤੇ FIR ਨੰਬਰ 57 ਅੱਜ ਦੀ ਡੇਟ ਦੇ ਵਿੱਚ 10/4/24 ਅਤੇ ਅੰਡਰ ਸੈਕਸ਼ਨ 269 272 273 IPC ਤਹਿਤ ਦਰਜ ਕਰ ਲਈ ਹੈ, ਇਹਦੀ ਇਨਵੈਸਟੀਗੇਸ਼ਨ ਜਾਰੀ ਹੈ, ਜੋ ਵੀ ਕਸੂਰਵਾਰ ਹੋਣਗੇ ਉਹਨਾਂ 'ਤੇ ਕਾਰਵਾਈ ਕੀਤੀ ਹੈ। ਸਰ FIR ਕਿਹਨਾਂ ਦੇ ਖਿਲਾਫ ਹੈ, ਅਨਨੋਨ ਦੇ ਖਿਲਾਫ? FIR ਅਨਨੋਨ ਦੇ ਖਿਲਾਫ ਹੈ ਕਿਉਂਕਿ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ, ਜਿਹੜੇ ਮਰੀਜ਼ ਦਾਖਲ ਹੋਏ ਨੇ ਉਹਨਾਂ ਤੋਂ ਪੁੱਛਿਆ ਜਾਏਗਾ ਵੀ ਇਹ ਕਿੱਥੋਂ ਲੈ ਕੇ ਆਏ ਨੇ, ਕਿਹਨਾਂ ਨੇ ਸੇਲ ਕੀਤਾ ਹੈਗਾ, ਅਤੇ ਸੈਂਪਲ ਜਿਹੜੀ ਹੈਲਥ ਦੀ ਟੀਮ ਹੈ ਸਾਡੀ ਉਹ ਸੈਂਪਲ ਭਰ ਰਹੀ ਹੈ ਲਗਾਤਾਰ, ਅਤੇ ਜੋ ਵੀ ਐਕਸ਼ਨ ਹੋਏਗਾ ਉਹ ਰਿਜ਼ਲਟ ਆਉਣ ਤੋਂ ਬਾਅਦ ਕਰ ਦਿੱਤਾ ਜਾਵੇਗਾ।